Nice, breakfast is ready. ਪਾਇਆ ਹੈ ਹੈਲਦੀ ਵਨ ਓਨਲੀ ਮੈਂ ਪਲੇਨ ਫਲਾਵਰ ਨਹੀਂ ਪਾਇਆ ਮੈਂ ਇਹਦੇ ਵਿੱਚ ਆਪਣਾ ਵੀਟ ਫਲਾਵਰ ਪਾਇਆ ਆ ਸਿਨੇਮਨ ਪਾਈ ਆ ਵਨੀਲਾ ਐਸੈਂਸ ਪਾਇਆ ਆ ਐਗਸ ਪਾਇਆ ਆ ਥੋੜ੍ਹਾ ਜਿਹਾ ਬੇਕਿੰਗ ਪਾਊਡਰ ਪਾਇਆ ਆ ਸਿਨੇਮਨ ਪਾਊਡਰ ਪਾਇਆ ਆ ਅਤੇ ਤੁਸੀਂ ਕੁਛ ਵੀ ਹੈਲਦੀ ਪਾ ਸਕਦੇ ਹੋ ਹਾਂਜੀ ਇਹਦੇ 'ਚ ਮੈਂ ਹੁਣ ਮੈਂ ਐਕਸਟਰਾ ਪਾਉਣੀ ਮੈਂ ਰਸਬੇਰੀਜ ਪਈਆਂ ਸੀਗੀਆਂ ਬਲੂਬੇਰੀਜ ਪਈਆਂ ਸੀਗੀਆਂ ਜਦੋਂ ਸਟ੍ਰੋਬੇਰੀਜ ਹੁੰਦੀਆਂ ਮੈਂ ਉਹ ਵੀ ਪਾ ਲੈਣੀਆਂ ਸੀਗੀਆਂ ਤੁਸੀਂ ਇਹਨਾਂ ਦਾ ਠੀਕ ਕਰਨਾ ਇਹਨਾਂ ਨੂੰ ਚਾਰ ਪੰਜ ਜਣੇ ਮੈਨੂੰ ਬਹੁਤ ਪਸੰਦ ਆ ਗਏ ਕਾਫੀ ਸਾਰੀ ਡੈਰੀ ਚੁੱਪਰ ਹੋਣ ਕਾਫੀ ਸਾਰੇ ਫਰੂਟ ਉੱਪਰ ਹੋਵੇ ਪਰ ਜ਼ਿਆਦਾ ਦਿੱਤੀਆਂ ਅਤੇ ਥੋੜ੍ਹਾ ਜਿਹਾ ਵੈਸੇ ਤਾਂ ਤੁਸੀਂ ਚਲੋ ਯੂਅਰ ਲਾਈਕ ਸਵੀਟਸ ਬਾਹਰ ਫੈਮਿਲੀ ਅਤੇ ਥੋੜ੍ਹੀ ਜਿਹੀ ਮੈਂ ਤੁਸੀਂ ਸ਼ੂਗਰ ਪਾਉਂਗੀ ਪਰ ਤੁਹਾਨੂੰ ਲੋੜ ਨਹੀਂ ਹੈਗੀ ਸ਼ੂਗਰ ਪਾਉਣ ਦੀ ਅਤੇ ਬਸ ਸ਼ੂਗਰ ਨਾਲ ਇੱਦਾਂ ਵੀ ਹੋਰ ਵੀ ਸਵੀਟ ਹੋ ਜਾਂਦਾ ਜ਼ਿਆਦਾ ਸ਼ੂਗਰ ਪਾਉਣ ਦੀ ਲੋੜ ਨਹੀਂ ਠੀਕ ਹੈ ਦੱਸੋ ਡੇਢ ਕੁ ਟੀ ਸਪੂਨ ਫਿਰ ਆਪਾਂ ਇਹਨੂੰ ਆਲਰੇਡੀ ਇਹਨੂੰ ਚੰਗੀ ਤਰ੍ਹਾਂ ਕਰਨਾ ਹੀਟ ਕਰਨਾ ਹੈ ਜਦ ਤੱਕ ਇਹ ਅੱਛੀ ਤਰ੍ਹਾਂ ਹੋ ਜਾਏ ਡਿਫਰਸਟ ਹੋ ਜਾਏ ਸੋਫਟ ਹੋ ਜਾਣ ਵਧੀਆ ਹੋ ਜਾਵੇ ਜਿੱਦਾਂ ਦਸ ਪੰਦਰਾਂ ਮਿੰਟ ਵਾਸਤੇ ਜ਼ਿਆਦਾ ਥਿੱਕ ਵੀ ਨਹੀਂ ਰੱਖਣੀ ਲੇਅਰ ਉਹਨਾਂ ਦੇ ਕੱਚੇ ਰਹਿ ਜਾਂਦੇ ਆ ਕਿੰਨੇ ਮੈਲਟ ਹੋ ਜਾਣਾ ਥੋੜਾ ਜਿਹਾ ਸੌਫਟ ਹੋ ਜਾਊਗਾ ਵੈਸੇ ਤਾਂ ਆਪਾਂ ਬਟਰ ਪਾਉਂਦੇ ਹਾਂ ਪੈਨਕੇਕਸ ਦੇ ਨੀਚੇ ਅਤੇ ਪਰ ਜਿਹੜੀ ਮੇਰੀ ਆਹ ਪੇਨ ਆ ਬਹੁਤ ਹਲਕੀ ਹੈ ਅਤੇ ਮੈਨੂੰ ਦੇਸੀ ਘਿਓ ਥੋੜ੍ਹਾ ਚੱਲਦਾ ਇਹ 'ਚ ਵੈਸੇ ਤਾਂ ਹੁੰਦਾ ਕਿ ਤੁਸੀਂ ਇਹ 'ਚ ਉਹ ਕਰ ਲਓ ਬਟਰ ਪਾਉਂਦੇ ਹਾਂ ਆਪਾਂ ਪਰ ਮੇਰੀ ਪੇਨ ਜਿਹੜੀ ਮੇਰੀ ਪੈਨ ਆ ਉਹ ਇੰਨੀ ਐਪਰੋਪ੍ਰੀਏਟ ਨਹੀਂ ਹੈਗੀ ਅਤੇ ਫਿਰ ਮੈਂ ਦੇਸੀ ਘਿਓ ਥੋੜ੍ਹਾ ਜ਼ਿਆਦਾ ਚਲੋ ਨੀਚੇ ਨਹੀਂ ਲੱਗਦੇ ਹੈਗੇ ਪਾਣੀ ਛੱਡ ਜਾਂਦੀ ਹੈ ਵਧੀਆ ਆਪਾਂ ਜੂਸੀ ਜਿਹੀ ਚਾਹੀਦੀ ਹੁੰਦੀ ਹੈ ਨੋਟ ਜਾਰ Thank you.
ਹੁਣ ਮੈਲਟ ਹੋ ਕੇ ਇਹ ਰਸਬਰੀ ਸਟ੍ਰਾਬਰੀਜ਼ ਕੈਨਬਰੀਜ਼ ਐਵੇਂ ਦੀ ਹੋ ਗਈ ਨੇ ਤੁਸੀਂ ਤੇ ਬਟਰ ਵੀ ਪਾ ਸਕਦੇ ਹੋ ਮਿੱਠਾ ਕੁਝ ਜ਼ਿਆਦਾ ਹੀ ਨਾ ਹੋ ਜੂਗਾ ਕਿ ਨਹੀਂ ਜੋ ਅਸੀਂ ਖਾਓਗੇ ਇਹ ਬਣਾਇਆ ਰੂਪੀ ਨੇ ਅੱਜ ਪੈਨਕੇਕ ਅਤੇ ਰੂਪੀ ਕਮਾਲ ਕਰਦੀ ਹੈ ਸਾਰੀ ਚੀਜ਼ਾਂ ਲੈ ਕੇ ਆਈ ਹੈ ਪੈਨਕੇਕ ਜੇ ਆਪਾਂ ਪੰਜਾਬੀ 'ਚ ਕਹਿਣਾ ਹੋਵੇ ਪੂੜਾ ਬਣਦਾ ਪਰ ਇਹਦੇ ਵਿੱਚ ਰੂਪੀ ਨੇ ਬਹੁਤ ਕੁਛ ਚੀਜ਼ਾਂ ਪਾਈਆਂ ਨੇ ਉਹ ਤੁਹਾਨੂੰ ਰੂਪੀ ਦੱਸੂਗੀ ਪੂਰੇ ਟਾਈਮ 'ਤੇ ਵੈਸੇ ਦੱਸੀ ਕੀ ਕੁਛ ਪਾਇਆ ਬੱਚੇ ਦੇ ਪੈਨਕੇਕ ਬਣਾਉਣ ਲਈ ਮੈਂ ਇਹਦੇ ਵਿੱਚ ਆਪਣਾ ਵੀਟ ਫਲਾਵਰ ਪਾਇਆ ਆ ਸਿਨੇਮਨ ਪਾਈ ਆ ਵਨੀਲਾ ਐਸੈਂਸ ਪਾਇਆ ਆ ਐਗਸ ਪਾਏ ਆ ਥੋੜ੍ਹਾ ਜਿਹਾ ਬੇਕਿੰਗ ਪਾਊਡਰ ਪਾਇਆ ਆ ਸਿਨੇਮਨ ਪਾਊਡਰ ਪਾਇਆ ਆ ਅਤੇ ਤੁਸੀਂ ਕੁਛ ਵੀ ਹੈਲਦੀ ਪਾ ਸਕਦੇ ਹੋ ਆਈ ਮੀਨ ਐਨੀਥਿੰਗ ਤੁਸੀਂ ਪ੍ਰੋਟੀਨ ਵੀ ਪਾ ਸਕਦੇ ਹੋ ਅਤੇ ਇਹਦੀ ਆ ਕੁਛ ਵੀ ਪ੍ਰੈਪਰੇਸ਼ਨ ਹਾਂ ਤੁਸੀਂ ਕੋਈ ਵੀ ਫੂਡ ਪਾ ਸਕਦੇ ਹੋ ਸਟ੍ਰੋਬਰੀਜ਼ ਵੀ ਪਾ ਸਕਦੇ ਐਨੀਥਿੰਗ ਬਟ ਮੇਕ ਸ਼ੋਰ ਦਿਸ ਨੋ ਪੈਨ ਕੇਕ ਦਾ ਉਵੇਂ ਪੂੜੇ ਵਾਂਗੂ ਪਹਿਲਾਂ ਬਣਾਉਣਾ ਪੈਂਦਾ ਇਹਦੇ ਵਿੱਚ ਮੈਸ਼ ਕੀਤਾ ਰੂਪੀ ਨੇ ਬਹੁਤ ਕੁਛ ਅਤੇ ਹੁਣ ਅਸੀਂ ਚਾਹ ਦੇ ਨਾਲ ਪੈਣ ਕੇ ਖਾਵਾਂਗੇ